ਕੈਨੇਡਾ ਵਿੱਚ ਕਾਰ ਚੋਰੀ ਦੀਆਂ ਘਟਨਾਵਾਂ ਦੇ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਅਤੇ ਇਹਨਾਂ ਨੂੰ ਕੰਟੇਨਰਾਂ ਦੇ ਵਿੱਚ ਭਰ ਕੇ ਅਰਬ ਅਤੇ ਅਫਰੀਕੀ ਦੇਸ਼ਾਂ ਦੇ ਵਿੱਚ ਭੇਜਿਆ ਜਾਂਦਾ ਹੈ। ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਨੇ। ਮੈਟਰੋ ਵੈਨਕੂਵਰ ਦੇ ਦੋ ਵਿਅਕਤੀਆਂ ਨੂੰ BC ਦੀਆਂ ਸਪੋਰਟਸ ਦੇ $2.5 million ਦੇ ਚੋਰੀ ਦੇ ਵਾਹਨ ਜਿਹੜੇ ਨੇ ਉਹਨਾਂ ਦੀ ਸ਼ਿਪਿੰਗ ਕਰਨ ਦੇ ਦੋਸ਼ ਦੇ ਵਿੱਚ ਹਿਰਾਸਤ ਵਿੱਚ ਲਿਆ ਗਿਆ। ਪੁਲਿਸ ਮੁਤਾਬਕ ਇੱਥੇ ਚੋਰੀ ਦੇ 29 ਵਾਹਨਾਂ ਨੂੰ ਸ਼ਿਪਿੰਗ ਕੰਟੇਨਰ ਵਿੱਚ ਲੱਦਿਆ ਹੋਇਆ ਸੀ। ਜਾਂਚ ਅਧਿਕਾਰੀਆਂ ਦੇ ਮੁਤਾਬਕ ਵਾਹਨਾਂ ਵਿੱਚ ਰੇਂਜ ਰੋਵਰ ਅਤੇ ਨਵੇਂ ਮਾਡਲ ਦੇ ਜਿਹੜੇ ਪਿਕਅਪ ਟਰੱਕ ਵੀ ਨੇ ਜੋ ਹਾਲ ਹੀ ਦੇ ਮਹੀਨਿਆਂ ਦੇ ਵਿੱਚ ਲੋਅਰ ਮੇਨਲੈਂਡ ਇਲਾਕੇ ਤੋਂ ਚੋਰੀ ਹੋਏ ਸਨ। ਅਦਾਲਤ ਦੇ ਦਸਤਾਵੇਜ਼ਾਂ ਦੇ ਮੁਤਾਬਕ 29 ਸਾਲਾਂ ਮੋਹਨ ਨੇ ਵੇਲ ਓਜ਼ੋਰ ਅਤੇ 20 ਸਾਲਾਂ ਉਮਰ ਵੇਲ ਓਜ਼ੋਰ ਨੂੰ ਆਟੋ ਚੋਰੀ ਦਾ ਸਮਾਨ ਰੱਖਣ ਅਤੇ ਵੇਚਣ ਦੇ 14 ਚਾਰਜਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹਨਾਂ ਸ਼ੱਕੀਆਂ ਨੂੰ 22 ਮਈ ਨੂੰ ਸਰੀ ਵਿੱਚੋਂ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ 17 ਜੂਨ ਨੂੰ ਸਰੀ ਸੂਬਾਈ ਕੋਰਟ ਵਿੱਚ ਪੇਸ਼ ਕੀਤਾ ਜਾਏਗਾ। ਪੁਲਿਸ ਦੇ ਮੁਤਾਬਕ ਇਹਨਾਂ ਵਾਹਨਾਂ ਦੀ ਕੀਮਤ ਲਗਭਗ $2.5 million ਬਣਦੀ ਹੈ। ਵਾਹਨ ਚੋਰੀ ਮਾਮਲਿਆਂ ਦੀ ਜਾਂਚ ਫਰਵਰੀ ਵਿੱਚ ਸ਼ੁਰੂ ਹੋਈ ਸੀ ਅਤੇ ਇਸ ਦੇ ਵਿੱਚ ਵੈਨਕੂਵਰ ਡੈਲਟਾ ਲੈਂਗਲੀ ਅਤੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਸ਼ਾਮਿਲ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵਾਹਨਾਂ ਨੂੰ ਲੌਕ ਕਰਕੇ ਹੀ ਜਾਣ ਅਤੇ GPS ਟਰੈਕਰ ਵਰਗੀਆਂ ਡਿਵਾਈਸਿਸ ਜ਼ਰੂਰ ਇੰਸਟਾਲ ਕਰਾਉਣ। ਦੱਸ ਦਈਏ ਕਿ ਕੈਨੇਡਾ ਦੇ ਵਿੱਚ ਕਾਰ ਚੋਰੀ ਦੀਆਂ ਘਟਨਾਵਾਂ ਵਿੱਚ ਸਭ ਤੋਂ ਜ਼ਿਆਦਾ ਵਾਧਾ ਗ੍ਰੇਟਰ ਟੋਰਾਂਟੋ ਇਲਾਕੇ ਦੇ ਵਿੱਚ ਹੋਇਆ ਜਿੱਥੇ ਇੰਸ਼ੋਰੈਂਸ ਕੰਪਨੀਆਂ $1 billion ਤੋਂ ਜ਼ਿਆਦਾ ਦੇ ਕਲੇਮ ਜਿਹੜੀਆਂ ਨੇ ਉਹ ਦੇ ਚੁੱਕੀਆਂ ਨੇ। ਇਸ ਸੰਬੰਧੀ ਫੈਡਰਲ ਸਰਕਾਰ ਦੇ ਵੱਲੋਂ ਜਿਹੜਾ ਉਹ ਨੈਸ਼ਨਲ ਕਨਵੈਨਸ਼ਨ ਵੀ ਕਰਵਾਈ ਗਈ ਹੈ ਜਿੱਥੇ ਲਾਅ ਇਨਫੋਰਸਮੈਂਟ ਅਥਾਰਟੀਜ਼ ਦੇ ਨੁਮਾਇੰਦਿਆਂ ਦੇ ਵੱਲੋਂ ਕਾਰ ਚੋਰੀ ਦੀਆਂ ਘਟਨਾਵਾਂ ਰੋਕਣ ਲਈ ਆਪਣੇ ਸੁਝਾਅ ਦਿੱਤੇ ਗਏ। ਇਸ ਤੋਂ ਪਹਿਲਾਂ ਮੌਂਟਰੀਅਲ ਪੋਰਟ 'ਤੇ ਚੋਰੀ ਕੀਤੀਆਂ ਕਾਰਾਂ ਕੈਨੇਡਾ ਤੋਂ ਬਾਹਰ ਭੇਜਣ ਦੇ ਮਾਮਲੇ ਸਾਹਮਣੇ ਆਏ ਸਨ, ਪਰ ਹੁਣ BC ਪੋਰਟ ਰਾਹੀਂ ਅਜਿਹਾ ਮਾਮਲਾ ਇਹ ਪਹਿਲਾ ਹੈ। ਇਸ ਤੋਂ ਬਾਅਦ ਇਹ ਸ਼ੰਕਾ ਬਣੀ ਹੋਈ ਹੈ ਕਿ ਮੁਲਕ ਦੇ ਬਾਕੀ ਹਿੱਸਿਆਂ ਵਿੱਚ ਵੀ ਕਾਰ ਚੋਰੀ ਦੇ ਮਾਮਲੇ ਸਾਹਮਣੇ ਆ ਸਕਦੇ ਨੇ ਜੋ ਕਿ ਲੋਕਾਂ ਲਈ ਅਤੇ ਪੁਲਿਸ ਲਈ ਚਿੰਤਾ ਖੜੀ ਕਰ ਸਕਦਾ ਹੈ। ਇਸ ਲਈ ਵਿਰੋਧੀ ਧਿਰਾਂ ਕਾਨੂੰਨ ਸਖ਼ਤ ਕਰਨ ਦੀ ਮੰਗ ਕਰ ਰਹੀਆਂ ਨੇ ਤਾਂ ਜੋ ਕ੍ਰਿਮੀਨਲਜ਼ ਨੂੰ ਜ਼ਮਾਨਤ ਨਾ ਮਿਲੇ ਅਤੇ ਉਹ ਕ੍ਰਾਈਮ ਕਰਨ ਵਾਲਿਆਂ ਦੇ ਵਿੱਚ ਡਰ ਜ਼ਰੂਰ ਹੋਵੇ। ਅਧਿਆਪਕਾਂ ਦੇ ਉੱਤੇ ਵਰਕ ਪ੍ਰੈਸ਼ਰ ਜ਼ਿਆਦਾ ਹੈ, ਯਾਨੀ ਵਰਕਲੋਡ ਦੇ ਵਿੱਚ ਦਿਖਾਈ ਦੇ ਰਹੇ ਨੇ ਅਧਿਆਪਕ। ਬਹੁਤ ਸਾਰੇ ਅਜਿਹੇ ਜਿਹੜੀ ਰਿਪੋਰਟਸ ਵੀ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਵਿੱਚ ਅਧਿਆਪਕ ਦਾ ਖਾਸ ਤੌਰ ਦੇ ਉੱਤੇ ਇਹ ਕਹਿਣਾ ਹੈ ਕਿ ਉਹਨਾਂ ਦੇ ਉੱਤੇ ਡਬਲ ਜਿਹੜਾ ਉਹ ਲੋਡ ਪਿਆ ਹੋਇਆ ਜਿਹਦੇ ਕਰਕੇ ਉਹ ਬਰਨ ਆਊਟ ਹੋ ਰਹੇ ਨੇ, ਯਾਨੀ ਕਿ ਉਹ ਆਪਣਾ ਜਿਹੜਾ ਜਿੰਨੇ ਵੀ ਕੰਮ ਕਰਨ ਦੀ ਉਹਨਾਂ ਦੀ ਸਮਰੱਥਾ ਹੈ ਉਹ ਘੱਟਦੀ ਜਾ ਰਹੀ ਹੈ ਕਿਉਂਕਿ ਉਹਨਾਂ ਦੇ ਉੱਤੇ ਬੋਝ ਵਾਧੂ ਹੈ ਜਿਸ ਦੇ ਨਾਲ ਉਹ ਕੰਮ ਦੇ ਵਿੱਚ ਆਪਣੀ ਪੂਰੀ ਪ੍ਰੈਜੈਂਸ ਨਹੀਂ ਦਿਖਾ ਪਾਉਂਦੇ। ਉਹਨਾਂ ਦਾ ਕਹਿਣਾ ਕਿ ਉਹ ਹਰ ਟਾਈਮ ਥੱਕਿਆ ਹੋਇਆ ਮਹਿਸੂਸ ਕਰਦੇ ਨੇ, ਜਿਸ ਲਈ ਇਹ ਕਿਹਾ ਜਾ ਰਿਹਾ ਕਿ ਕਿਤੇ ਨਾ ਕਿਤੇ ਅਧਿਆਪਕਾਂ ਨੂੰ ਹੋਰ ਭਰਤੀ ਕਰਨ ਦੀ ਲੋੜ ਹੈ, ਇਸ ਫੀਲਡ ਦੇ ਵਿੱਚ ਹੋਰ ਅਧਿਆਪਕ ਹੋਣੇ ਚਾਹੀਦੇ ਨੇ। ਸੋ ਕਿਹਾ ਜਾ ਰਿਹਾ ਕਿ ਹਰ ਅਧਿਆਪਕ ਜਿਹੜਾ ਉਹ ਜ਼ਿਆਦਾਤਰ ਜਿਹੜਾ 2 ਸ਼ਿਫਟਾਂ ਦੇ ਵਿੱਚ ਕੰਮ ਕਰ ਰਿਹਾ, ਜਿਸ ਕਰਕੇ ਅਧਿਆਪਕਾਂ ਨੂੰ ਬੱਚਿਆਂ ਨੂੰ ਪੜ੍ਹਾਉਣ ਦੇ ਵਿੱਚ ਵੀ ਔਖ ਮਹਿਸੂਸ ਹੁੰਦੀ ਹੈ। BC ਟੀਚਰਸ ਫੈਡਰੇਸ਼ਨ ਦੇ ਇੱਕ ਨਵੇਂ ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਸੂਬੇ ਵਿੱਚ ਅਧਿਆਪਕ ਲਗਾਤਾਰ ਆਪਣੇ ਆਪ ਨੂੰ ਕੁੜਿਆ ਹੋਇਆ ਮਹਿਸੂਸ ਕਰ ਰਹੇ ਨੇ। ਇਸ ਦੇ ਦੂਜੇ ਸਾਲਾਨਾ ਮੈਂਬਰਸ਼ਿਪ ਸਰਵੇਖਣ ਨੇ ਦਿਖਾਇਆ ਹੈ ਕਿ BC ਵਿਦਿਆਰਥੀਆਂ ਦੀਆਂ ਲੋੜਾਂ ਨੂੰ ਸਫਲਤਾਪੂਰਵਕ ਪੂਰਾ ਕਰਨ ਲਈ ਵਧੇਰੇ ਸਹਾਇਤਾ ਅਤੇ ਸਮੇਂ ਦੀ ਲੋੜ ਮੰਗ ਰਿਹਾ ਹੈ। ਸਰਵੇਖਣ ਤੋਂ ਪਤਾ ਲੱਗਦਾ ਹੈ ਕਿ 58% ਤੋਂ ਵੱਧ ਅਧਿਆਪਕਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਤੋਂ ਉਹਨਾਂ ਦੇ ਸਮੁੱਚੇ ਕੰਮ ਦਾ ਬੋਝ ਵਧਿਆ ਹੈ। ਲਗਭਗ 15% ਅਧਿਆਪਕਾਂ ਨੇ ਕਿਹਾ ਕਿ ਉਹਨਾਂ ਦੇ ਅਜੇ ਵੀ BC ਵਿੱਚ ਪੜ੍ਹਾਉਣ ਦੀ ਸੰਭਾਵਨਾ ਨਹੀਂ ਹੈ। 2 ਸਾਲਾਂ ਦੇ ਅੰਦਰ ਜਨਤਕ ਸਿੱਖਿਆ ਪ੍ਰਣਾਲੀ ਤਹਿਤ ਇੱਥੇ ਸਿਰਫ ਆਮ ਤੌਰ 'ਤੇ ਸਮਰਥਨ ਦੀ ਘਾਟ ਹੈ ਅਤੇ
ਸਿਰਫ ਲੋੜੀਂਦੇ ਅਧਿਆਪਕ ਨਾ ਹੋਣ ਦਾ ਮਤਲਬ ਹੈ ਕਿ ਤੁਸੀਂ ਜ਼ਿਆਦਾ ਕੰਮ ਕਰ ਰਹੇ ਹੋ ਅਤੇ ਪਹਿਲਾਂ ਤੋਂ ਹੀ ਬਰਨਆਊਟ ਹੋ। 60% ਤੋਂ ਵੱਧ ਅਧਿਆਪਕਾਂ ਨੇ ਸਰਵੇਖਣ ਵਿੱਚ ਦੱਸਿਆ ਹੈ ਕਿ ਔਨ ਕਾਲ ਜਾਂ ਮਾਹਰ ਅਧਿਆਪਕਾਂ ਦੇ ਸਟਾਫ ਦੇ ਵਿੱਚ ਵਾਧਾ ਉਹਨਾਂ ਦੇ ਕੰਮ ਦੇ ਬੋਝ ਦੇ ਵਿੱਚ ਵੱਡਾ ਫਰਕ ਲਿਆਵੇਗਾ ਅਤੇ 39.4% ਨੇ ਹੋਰ ਵਿੱਦਿਅਕ ਸਹਾਇਕਾਂ ਦੀ ਮੰਗ ਕੀਤੀ ਹੈ। ਸਰਵੇਖਣ ਦੇ ਸਿਰਫ 13% ਉੱਤਰਦਾਤਾਵਾਂ ਨੇ ਮਹਿਸੂਸ ਕੀਤਾ ਹੈ ਕਿ ਅਪਾਹਜ ਅਤੇ ਵੱਖਰੇ ਲੋੜਾਂ ਵਾਲੇ ਵਿਦਿਆਰਥੀ ਆਪਣੀਆਂ ਲੋੜਾਂ ਪੂਰੀ ਤਰ੍ਹਾਂ ਜਾਂ ਫਿਰ ਬਹੁਤ ਜ਼ਿਆਦਾ ਪੂਰੀਆਂ ਕਰ ਰਹੇ ਨੇ। BCTF ਪ੍ਰਧਾਨ ਨੇ ਕਿਹਾ ਹੈ ਕਿ ਜਿਹੜੇ ਅਧਿਆਪਕ ਕਹਿੰਦੇ ਨੇ ਕਿ ਉਹਨਾਂ ਦੇ ਕੰਮ ਦਾ ਬੋਝ ਵੱਧ ਗਿਆ ਹੈ, ਉਹ ਇਹ ਕਹਿਣ ਦੀ ਵੀ ਜ਼ਿਆਦਾ ਸੰਭਾਵਨਾ ਰੱਖਦੇ ਨੇ ਕਿ ਉਹ ਪੜ੍ਹਾਉਣਾ ਪੂਰੀ ਤਰ੍ਹਾਂ ਛੱਡਣ ਦੀ ਯੋਜਨਾ ਬਣਾ ਰਹੇ ਨੇ। ਕੁਝ ਅਧਿਆਪਕਾਂ ਨੇ ਕਿਹਾ ਹੈ ਕਿ ਵਿਦਿਆਰਥੀਆਂ ਨੂੰ ਪੜ੍ਹਾਉਣਾ ਆਸਾਨ ਹੈ ਪਰ ਪੜ੍ਹਾਉਣ ਦੇ ਸਮੇਂ ਦੀ ਘਾਟ, ਡਬਲ ਕਲਾਸਾਂ ਨੂੰ ਪੜ੍ਹਾਉਣਾ, ਐਡਮਿਨ ਸਪੋਰਟ ਦੀ ਕਮੀ ਹੋਣਾ, ਨਵੇਂ ਜਿਹੜੇ ਨੇ ਪਾਸਪੋਰਟ ਕਾਰਡਸ ਅਤੇ ਇਹਨਾਂ ਸਾਰਿਆਂ ਲਈ ਸਮਾਂ ਨਾ ਹੋਣਾ ਇੱਕ ਵੱਡੀ ਸਮੱਸਿਆ ਹੈ। ਇਹ ਸਾਰੇ ਖੇਤਰ ਬਹੁਤ ਸਾਰੇ ਲੋਕਾਂ ਨੂੰ ਥੱਕੇ ਅਤੇ ਨਿਰਾਸ਼ ਅਤੇ ਭੜਕਾਉਣ ਵੱਲ ਲਿਜਾਂਦੇ ਨੇ। ਜੌਂਸਲ ਨੇ ਕਿਹਾ ਕਿ BCTF ਨੂੰ ਆਪਣੀਆਂ ਕੁਝ ਚਿੰਤਾਵਾਂ ਨੂੰ ਰੱਖਣ ਲਈ BC ਦੇ ਸਿੱਖਿਆ ਮੰਤਰਾਲੇ ਨਾਲ ਬੈਠਕ ਕਰਨੀ ਚਾਹੀਦੀ ਹੈ। ਜੌਂਸਲ ਨੇ ਕਿਹਾ ਕਿ 15% ਤੋਂ ਵੱਧ ਮੈਂਬਰ ਅਗਲੇ 2 ਸਾਲਾਂ ਵਿੱਚ ਕੰਮ ਦੇ ਬੋਝ ਕਾਰਨ ਛੱਡਣ ਬਾਰੇ ਵਿਚਾਰ ਕਰ ਰਹੇ ਨੇ ਅਤੇ ਤੁਹਾਨੂੰ ਇਸ ਦਾ ਹੱਲ ਕਰਨਾ ਹੋਵੇਗਾ ਅਤੇ ਇਸ ਲਈ ਹੋਰ ਅਧਿਆਪਕਾਂ ਦੀ ਲੋੜ ਹੈ। ਸਾਨੂੰ ਸਿਰਫ ਉਹ ਕੰਮ ਕਰਨ ਦੀ ਲੋੜ ਹੈ ਜੋ ਲੋਕ ਕਰਨਾ ਚਾਹੁੰਦੇ ਨੇ। ਇਸ ਨੂੰ ਚੰਗੀ ਤਨਖਾਹ, ਚੰਗੀ ਕੰਮ ਕਰਨ ਦੀਆਂ ਸਥਿਤੀਆਂ ਦੀ ਵੀ ਲੋੜ ਹੈ। ਉਹਨਾਂ ਕਿਹਾ ਕਿ ਸਾਨੂੰ ਇੱਕ ਅਜਿਹੀ ਸਰਕਾਰ ਦੀ ਲੋੜ ਹੈ ਜੋ ਇੱਕ ਸਮੁੱਚੀ ਰਣਨੀਤੀ ਤਿਆਰ ਕਰਨ ਅਤੇ ਇਸ ਨੂੰ ਪੂਰਾ ਕਰਨ ਲਈ ਪੈਸਾ ਲਗਾਉਣ ਅਤੇ ਤਿਆਰੀ ਵੀ ਕਰਨ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।